ਬਲੀ ਬਾਈ ਨਜ਼ਾਰੇ ਤਾਂ ਯਾਰ ਸਰਦਾਰ ਦੇ ਨੇ। ਉਹ ਬਾਈ ਨਜ਼ਾਰੇ ਕਿਉਂ ਨਾ ਹੋਣਗੇ, ਕੰਮ ਕਰਦੇ ਨੇ ਆਪਣੇ ਵਾਂਗੂ ਵਿਹਲੇ ਥੋੜ੍ਹੀ ਹੈ। ਰੱਬ ਨੇ ਵੀ ਯਾਰ ਪਤਾ ਨਹੀਂ ਕੀ ਸੋਚ ਕੇ ਆਪਣੀ ਕਿਸਮਤ ਲਿਖਤੀ ਯਾਰ, ਆਪਣੀ ਕਿਸਮਤ 'ਚ ਵੀ ਇਹੋ ਜਿਹੀਆਂ ਗੱਲਾਂ ਲਿਖਦਾ। ਉਹ ਕੋਈ ਨਾ ਬਾਈ, ਆਪਣਾ ਵੀ ਟਾਈਮ ਆਊਗਾ। ਬਾਈ ਜੀ ਸਵੇਰੇ ਕਰਮੇ ਦਾ ਫੋਨ ਆਇਆ ਸੀ। ਕੀ ਕਹਿੰਦਾ ਸੀ? ਕਹਿੰਦਾ ਤੁਹਾਡਾ ਸਮਾਨ ਨਹੀਂ ਪਹੁੰਚ ਰਿਹਾ, ਕਿਵੇਂ ਕਰਨਾ ਬਾਈ? ਕਰਦੇ ਹਾਂ ਕੋਈ ਹੱਲ। ਲੈ ਪ੍ਰਧਾਨ, ਉਹ ਆ ਗਿਆ ਕਰਮਾ ਬਾਈ ਵੀ। ਹੋਰ ਜੀ ਸਰਦਾਰ ਜੀ, ਕੀ ਹਾਲ ਨੇ? ਹੋਰ ਪ੍ਰਧਾਨ ਵਧੀਆ ਠੀਕ ਹੈ? ਹੋਰ ਕਰਮੇ ਬਾਈ ਕਿਵੇਂ ਚੱਲਦਾ ਕੰਮ ਕਰ? ਕਾਹਦੇ ਕੰਮ ਕਰ ਬਾਈ, ਡਿਮਾਂਡ ਦਿਨੋ ਦਿਨ ਵਧੀ ਜਾਂਦੀ ਹੈ, ਸਮਾਨ ਤੁਸੀਂ ਭੇਜਦੇ ਨੀ। ਕੀ ਕਰੀਏ ਕਰਮਿਆ, ਸਰਕਾਰਾਂ ਨੇ ਸਖਤਾਈ ਬਹੁਤ ਕੀਤੀ ਹੋਈ ਹੈ, ਤੇ ਜਿਹੜੇ ਆਪਣੇ ਪੁਰਾਣੇ ਬੰਦੇ ਸੀ ਉਹ ਸਾਰੇ ਪੁਲਿਸ ਦੀ ਨਿਗ੍ਹਾ 'ਚ ਚੜੇ ਹੋਏ ਨੇ। ਬਾਈ ਜੇ ਪੁਰਾਣੇ ਪੁਲਿਸ ਦੀ ਨਿਗ੍ਹਾ 'ਚ ਚੜ ਗਏ, ਨਵੇਂ ਲੱਭ ਲਓ, ਦਿਓ ਕਿਸੇ ਨੂੰ ਲਾਲਚ, ਪੈਸਾ ਕੀ ਨਹੀਂ ਕਰਾ ਸਕਦਾ। ਗੱਲ ਤਾਂ ਤੇਰੀ ਸਹੀ ਹੈ, ਚੱਲ ਕੋਈ ਨਹੀਂ ਕਰਦੇ ਹਾਂ ਕੁਝ। ਕਰਦੇ ਨਹੀਂ ਬਾਈ, ਕਰਨਾ ਪੈਣਾ। ਚਲੋ ਬਾਈ ਮੈਂ ਚੱਲਦਾ ਫਿਰ। ਚੰਗਾ ਜੀ। ਬਾਈ ਜੀ ਚਾਹ ਤਾਂ ਪੀ ਜਾਂਦੇ? ਪ੍ਰਧਾਨ ਚਾਹ ਛੱਡ, ਸਮਾਨ ਦਾ ਹੱਲ ਕਰੂ ਬਾਈ। ਚਲੋ ਮੁੰਡਿਓ ਪ੍ਰਧਾਨ ਲਾ ਕੋਈ ਸਕੀਮ, ਜੇ ਕਰਮਾ ਬਾਈ ਨਾਰਾਜ਼ ਹੋ ਗਿਆ ਆਪਣਾ ਕੰਮ ਕਿਵੇਂ ਚੱਲੂ ਫਿਰ? ਬਾਈ ਸਕੀਮ ਤਾਂ ਲੱਗੀ ਪਈ ਹੈ। ਉਹ ਕਿਹੜੀ? ਮੰਨ ਜਾਣਗੇ ਬਾਈ? ਮੈਨੂੰ ਪ੍ਰਧਾਨ ਐਵੇਂ ਨਹੀਂ ਕਹਿੰਦੇ, ਤੂੰ ਦੇਖੀ ਜਾ। ਬਾਈ ਆਪਣੇ ਪਿੰਡ ਵਾਲਾ ਚੀਮਾ ਵੀ ਲੱਗ ਗਿਆ ਕੰਮ, ਨੌਕਰੀ। ਅੱਛਾ, ਹੋਰ ਕਮਾਲ ਯਾਰ, ਲੋਕਾਂ ਦੀ ਵੀ ਕਿਸਮਤ ਦੇਖ ਲੈ, ਆਪਾਂ ਹੀ ਇੱਥੇ ਜਿਹੜੇ ਵਿਹਲੇ ਬੈਠੇ ਹੋਏ ਹਾਂ। ਉਹ ਕੀ ਹਾਲ ਆ ਮੁੰਡੇ? ਉਹ ਵਧੀਆ ਬਾਈ ਵਧੀਆ, ਤੂੰ ਸੁਣਾ? ਵਿਹਲੇ ਲੱਗਦੇ ਹੋ, ਸਾਰਾ ਦਿਨ ਇੱਥੇ ਬੈਠੇ ਰਹਿੰਦੇ ਹੋ। ਬਸ ਬਾਈ ਵਿਹਲੇ ਹੀ ਸਮਝੋ, ਕੰਮ ਕਾਰ ਕੋਈ ਹੈ ਨਹੀਂ, ਪੜ੍ਹ ਲਿਖ ਕਿਵੇਂ ਬੈਠੇ ਹਾਂ। ਘਰ ਦੇ ਵੀ ਯਾਰ ਗਾਲਾਂ ਕੱਢਦੇ ਨੇ ਵੀ ਕੋਈ ਕੰਮ ਕਰ ਲਓ, ਪਰ ਬਾਈ ਕੰਮ ਵੀ ਯਾਰ ਕੀ ਕਰੀਏ, ਕੰਮ ਤਾਂ ਸਾਲਾ ਕੋਈ ਹੈ ਨਹੀਂ ਹੈ। ਬਸ ਬਾਈ ਘਰਦਿਆਂ ਦੀਆਂ ਗਾਲਾਂ ਤੋਂ ਬਚਣ ਲਈ ਇੱਥੇ ਆ ਕੇ ਬੈਠੇ ਰਹਿੰਦੇ ਹਾਂ। ਪਰ ਬਾਈ ਤੇਰੀ ਮੌਜ ਆ ਯਾਰ, ਸਾਰਾ ਦਿਨ ਬਾਈ ਨਾਲ ਏਸੀ ਗੱਡੀਆਂ 'ਚ ਘੁੰਮਦਾ ਯਾਰ। ਚੰਗਾ ਬੰਦਾ ਬਾਈ, ਭਰਾਵਾਂ ਵਾਂਗ ਨਾਲ ਰੱਖਦਾ। ਕੋਈ ਨਹੀਂ ਮੁੰਡਿਓ, ਕਰਦਾ ਗੱਲ ਤੁਹਾਡੀ ਬਾਈ ਨਾਲ, ਮਿਲਵਾਨਾ ਤੁਹਾਨੂੰ ਬਾਈ ਨਾਲ, ਕੀ ਪਤਾ ਰੱਬ ਤੁਹਾਡੀ ਸੁਣ ਲਵੇ। ਚੰਗਾ ਵੀ ਮੁੰਡਿਓ, ਕਰਦਾ ਗੱਲ ਤੁਹਾਡੀ ਬਾਈ ਨਾਲ। ਸਤਿ ਸ਼੍ਰੀ ਅਕਾਲ। ਕਿਉਂ ਗੁੱਪੀ, ਕਿਹਾ ਸੀ ਨਾ ਆਪਣਾ ਵੀ ਟਾਈਮ ਆਊਗਾ।
ਰੱਬ ਵੀ ਬੰਦਿਆਂ 'ਚ ਹੀ ਵੱਸਦਾ। ਸਹੀ ਕਿਹਾ ਲਵਲੀ ਯਾਰ, ਚੱਲ ਫਿਰ ਮਿਲ ਕੇ ਦੇਖਦੇ ਹਾਂ ਬਾਈ ਨੂੰ ਵੀ। ਹਾਂ ਬਾਈ ਜੀ, ਕਰਤਾ ਤੁਹਾਡਾ ਹੱਲ, ਬਸ ਤੁਸੀਂ ਸਮਾਨ ਤਿਆਰ ਰੱਖੋ ਤੇ ਕਰਮੇ ਨੂੰ ਕਰ ਦਿਓ ਫੋਨ। ਕਿਹੜਾ ਹੱਲ ਕਰਤਾ ਬਾਈ? ਦੱਸੇ ਸੀ ਦੋ ਮੁੰਡੇ ਆਪਣੇ। ਅੱਛਾ ਪ੍ਰਧਾਨਾ, ਤੂੰ ਤਾਂ ਭਰਾਵਾ ਦਿਲ ਜਿੱਤ ਲਿਆ ਆਪਣਾ, ਮਲਵਾ ਫਿਰ ਕਦੋਂ ਮਲਵਾਨਾ ਉਹਨਾਂ ਨੂੰ? ਹੁਣੇ ਲਓ ਬਾਈ ਜੀ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਮੁੰਡਿਆਂ ਨੂੰ ਖੁਸ਼ ਕਰ ਦਿਓ। ਓ ਤੂੰ ਚਿੰਤਾ ਹੀ ਨਾ ਕਰ, ਬਾਕੀ ਮੇਰੇ ਤੇ ਛੱਡ ਦਿਓ। ਹੈਲੋ, ਹਾਂ ਗੋਪੀ, ਪ੍ਰਧਾਨ ਬੋਲਣਾ, ਕੀ ਹਾਲ ਆ ਮਿੱਤਰਾ? ਵਧੀਆ, ਤੂੰ ਸੁਣਾ? ਹਾਂ ਮੈਂ ਕੀਤੀ ਸੀ ਤੇਰੀ ਗੱਲ ਬਾਈ ਨਾਲ, ਬਾਈ ਨੇ ਤੈਨੂੰ ਬੁਲਾਇਆ ਫਾਰਮ ਹਾਊਸ 'ਤੇ। ਹਾਂ ਕੱਲ੍ਹ ਨੂੰ ਆ ਜਾਓ ਫਾਰਮ ਹਾਊਸ 'ਤੇ, ਮਿਲਦੇ ਹਾਂ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੁੰਡਿਓ, ਕੀ ਹਾਲ ਚਾਲ ਏ? ਆਓ ਬੈਠੋ। ਅੱਜ ਕਿਵੇਂ ਆਉਣਾ ਹੋਇਆ? ਬਸ ਬਾਈ ਜੀ, ਪ੍ਰਧਾਨ ਸਾਹਿਬ ਜੀ ਨੇ ਕਿਹਾ ਸੀ ਕਿ ਬਾਈ ਜੀ ਨੂੰ ਮਿਲਿਓ ਆ ਕੇ। ਕੋਈ ਗੱਲ ਨਹੀਂ, ਹੋਰ ਠੀਕ ਠਾਕ ਘਰੇ ਸਭ? ਹਾਂਜੀ ਹਾਂਜੀ, ਵਧੀਆ ਵਧੀਆ ਜੀ। ਪ੍ਰਧਾਨ ਜੀ, ਬਾਈ ਜੀ ਬਸ ਬਾਈ ਜੀ, ਵਿਹਲੇ, ਪੜ੍ਹ ਲਿਖ ਕੇ ਵਿਹਲੇ ਹੀ ਰਹੀਦਾ, ਖੇਤੀ ਕਰਨ ਨੂੰ ਜੀ ਨਹੀਂ ਕਰਦਾ। ਨੌਕਰੀ ਨੂੰ ਅਪਲਾਈ ਕਰ ਦੇਣੀ ਸੀ। ਬਸ ਬਾਈ ਜੀ, ਤੁਹਾਨੂੰ ਪਤਾ ਹੀ ਹੈ ਜੀ, ਨੌਕਰੀ ਅੱਜ ਕੱਲ੍ਹ ਕਿੱਥੇ ਮਿਲਦੀ ਹੈ। ਬਾਈ ਜੀ, ਤੁਹਾਡੀ ਤਾਂ ਬੜੀ ਪਹੁੰਚ ਹੈ, ਤੁਸੀਂ ਵੀ ਕਰੋ ਸਾਡਾ ਹੱਥ। ਕੋਈ ਨੀ, ਕਰਦਾ ਮੰਤਰੀ ਸਾਹਿਬ ਨਾਲ ਗੱਲ, ਕਰਾਂਗੇ ਤੁਹਾਡਾ ਹੱਥ। ਬਾਈ ਜੀ, ਆਪਣੇ ਖਾਸ ਬੰਦੇ ਨੇ, ਤੁਸੀਂ ਹੱਲ ਕਰਨਾ ਹੀ ਹੈ। ਕੋਈ ਨਾ ਪ੍ਰਧਾਨ, ਤੇਰੇ ਖਾਸ ਨੇ, ਆਪਣੇ ਖਾਸ ਨੇ, ਆਪਾਂ ਕਰਾਂਗੇ। ਸ਼ੁਕਰੀਆ ਬਾਈ ਜੀ, ਚੰਗਾ ਬਾਈ ਜੀ, ਚੱਲਦੇ ਹਾਂ ਜੀ। ਆ ਲਓ ਮੁੰਡਿਓ, ਆਪਣੇ ਜ਼ਰੂਰਤਾਂ ਪੂਰੀਆਂ ਕਰਿਓ। ਨਹੀਂ ਨਹੀਂ ਬਾਈ ਜੀ, ਕਿਹਦੀ ਕੀ ਲੋੜ ਸੀ? ਉਹ ਬਾਈ ਜੀ ਨੇ ਕਿਹਾ ਸੀ। ਕੋਈ ਨਾ ਮੁੰਡਿਓ, ਇਹ ਕਿੰਨੇ ਕੁ ਨੇ ਅੱਜ ਕੱਲ੍ਹ ਆਉਂਦਾ, ਕਿੰਨੇ ਕੁ ਪੈਸੇ ਆਉਂਦਾ? ਚਲੋ ਠੀਕ ਹੈ ਬਾਈ ਜੀ, ਠੀਕਾ ਪਤਾ ਸਤਿਕਾ। ਬਾਈ ਜੀ, ਆਪਾਂ ਨੂੰ ਕਰਮਾ ਉਡੀਕ ਰਿਹਾ ਹੋਊਗਾ, ਆਪਾਂ ਉਹਦੇ ਕੋਲ ਜਾਣਾ ਸੀ। ਨਾ ਪ੍ਰਧਾਨ, ਅੱਜ ਤਾਂ ਨਹੀਂ ਜਾਇਆ ਜਾਣਾ। ਬਾਈ ਜੀ, ਆਪਾਂ ਉਹਦਾ ਬੈਗ ਦੇਣਾ ਸੀ, ਜ਼ਰੂਰੀ ਹੋਊਗਾ। ਅੱਜ ਤਾਂ ਤੈਨੂੰ ਪਤਾ ਬਹੁਤ ਕੰਮ ਨਹੀਂ, ਪਰ ਬਾਈ ਜੀ ਇਹ ਜ਼ਰੂਰੀ ਆ। ਇਹਦਾ ਪ੍ਰਧਾਨ ਹੱਲ ਕੋਈ ਤੈਨੂੰ ਕਰਨਾ ਪੈਣਾ ਹੁਣ। ਚਲੋ ਫਿਰ ਬਾਈ ਜੀ, ਮੈਂ ਕੁਝ ਕਰਦਾ। ਉਹ ਮੁੰਡਿਓ, ਗੱਲ ਸੁਣਿਓ, ਬਾਕੀ ਬੈਗ ਪਾਉਣ ਦਾ ਕਰਦੇ, ਬੜਾ ਜ਼ਰੂਰੀ ਹੈ। ਹੈਲੋ, ਕੀ ਹਾਲ ਹੈ ਕਰਮੇ ਬਾਈ? ਵਧੀਆ ਠੀਕ ਠਾਕ। ਅੱਛਾ, ਤੇਰਾ ਸਮਾਨ ਪਹੁੰਚ ਰਿਹਾ ਤੇਰੇ ਕੋਲ? ਹਾਂ ਹਾਂ, ਮੁੰਡੇ ਨਵੇਂ ਨੇ, ਥੋੜ੍ਹਾ ਧਿਆਨ ਨਾਲ ਹੈ।
ਬਾਕੀ ਅਸੀਂ ਤਾਂ ਆਪਣਾ ਵਾਅਦਾ ਕਰਤਾ ਪੂਰਾ, ਤੁਹਾਡੇ ਵਾਲਾ ਕੰਮ ਹੀ ਹੁਣ ਕਰ ਦਿਓ ਜਲਦੀ। ਤੁਹਾਨੂੰ ਪਤਾ ਹੀ ਆ ਕਿੰਨੇ ਨੇ, ਕਿਹੜਾ ਪਹਿਲੀ ਵਾਰ ਹੋਇਆ। ਹਾਂ ਹਾਂ ਕੋਈ ਨਹੀਂ, ਬਾ ਪ੍ਰਧਾਨ ਨੂੰ ਫੜਾ ਦਿਓ ਮੈਂ। ਓਕੇ ਬਾਈ, ਓਕੇ। ਆਵੇ ਮੁੰਡੇ ਹੋ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ, ਕਿਹਨੂੰ ਮਿਲਣਾ ਸੀ? ਕਰਮਾ ਭਾਜੀ ਨੂੰ ਮਿਲਣਾ ਸੀ। ਕਰਮਾ ਭਾਜੀ ਨੂੰ ਮਿਲਣਾ ਸੀ? ਹਾਂਜੀ, ਕਰਮਾ ਮਾਰਨਾਵਾਦ। ਕਰਮਾ ਭਾਜੀ ਆਇਓ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਆਵੇ ਮੁੰਡੇ ਹੋ? ਆ ਤੁਹਾਡਾ ਬੈਗ ਫੜਾਉਣਾ ਸੀ ਜੀ, ਪ੍ਰਧਾਨ ਸਾਹਿਬ ਨੇ ਭੇਜਿਆ। ਅੱਛਾ ਅੱਛਾ, ਬੈਗ ਭੇਜਿਆ ਪ੍ਰਧਾਨ ਸਾਹਿਬ ਨੇ। ਮੈਂ ਵੀ ਹੈਪੀ ਫੜ ਬੈਗ। ਹੋਰ ਆ ਜਾਓ ਮੁੰਡੇ, ਚਾਹ ਪਾਣੀ? ਬਸ ਬਸ, ਧੰਨਵਾਦ। ਆ ਜਾਓ, 2 ਮਿੰਟ ਲੱਗਣੇ ਨੇ। ਨਹੀਂ ਨਹੀਂ ਬਾਈ ਜੀ, ਹੋਰ ਆਉਣ 'ਚ ਕੋਈ ਪਰੇਸ਼ਾਨੀ ਪਰੇਸ਼ਾਨੀ ਤਾਂ ਨਹੀਂ ਹੋਈ? ਚਲੋ ਚੰਗਾ, ਠੀਕ ਹੈ, ਮਿਲਦੇ ਹਾਂ ਫਿਰ। ਓਕੇ ਬਾਈ। ਹੈਲੋ। ਹਾਂ ਲਵਲੀ, ਕੀ ਹਾਲ ਆ ਮੁੰਡਿਆ? ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਸਭ? ਬਹੁਤ ਵਧੀਆ ਬਾਈ ਜੀ, ਨੇ ਤੁਹਾਨੂੰ ਫਾਰਮ ਹਾਊਸ ਤੋਂ ਯਾਦ ਕੀਤਾ, ਪਹੁੰਚਣਾ ਤੁਸੀਂ? ਹਾਂ ਜ਼ਰੂਰ ਪਹੁੰਚਣਾ। ਓਕੇ ਵੀ ਮੁੰਡਿਆ, ਸਤਿ ਸ਼੍ਰੀ ਅਕਾਲ। ਓਕੇ ਬਾਈ ਜੀ ਤੁਹਾਡੇ ਤੋਂ ਬੜੇ ਖੁਸ਼ ਹੋਏ ਉਦਣ ਵਾਲੇ ਕੰਮ ਤੋਂ। ਅੱਛਾ ਜੀ, ਵਧੀਆ ਜੀ। ਤੇ ਬਾਈ ਜੀ ਨੇ ਤੁਹਾਡੇ ਲਈ ਸਪੈਸ਼ਲ ਚੀਜ਼ ਮੰਗਾਈ ਹੈ। ਅੱਛਾ ਬਾਈ ਜੀ। ਹਾਂਜੀ, ਚੀਜ਼ ਹੈ ਜਿਹੜੀ ਬੰਦੇ ਨੂੰ ਕਾਇਮ ਕਰਦੀ ਹੈ। ਇਹ ਲਓ, ਇਹ ਨਸ਼ਾ ਨਹੀਂ ਮੁੰਡਿਓ, ਇਹ ਬਾਹਰ ਦੀ ਚੀਜ਼ ਹੈ, ਇਹ ਬੰਦੇ ਦੇ ਅੰਦਰ ਤਾਕਤ ਲਿਆਉਂਦੀ ਹੈ। ਅੱਛਾ, ਲਾ ਕੇ ਵੇਖੋ। ਉਹ ਨਹੀਂ ਨਹੀਂ ਬਾਈ, ਕੋਈ ਨਸ਼ਾ ਨਹੀਂ ਹੈਗਾ ਮੁੰਡਿਓ, ਤੁਸੀਂ ਲਾ ਕੇ ਦੇਖੋ, ਬਾਹਰੋਂ ਮੰਗਾਈਏ ਬਾਹਰੋਂ। ਖਾਸ ਤੁਹਾਡੇ ਕਰਕੇ ਬਾਈ ਜੀ ਤੁਹਾਡੇ ਤੋਂ ਬੜਾ ਖੁਸ਼ ਹੋਏ ਨੇ ਉੱਥੋਂ ਦੇ। ਉਹ ਕੋਈ ਨਹੀਂ, ਪਹਿਲਾਂ ਕੌੜੀ ਲੱਗਦੀ ਹੈ, ਹੌਲੀ ਹੌਲੀ ਸਿੱਖ ਜਾਓਗੇ। ਹੁਣ ਕਿਵੇਂ ਲੱਗ ਰਿਹਾ ਮੁੰਡਿਓ? ਠੀਕ ਹੈ ਬਾਈ ਜੀ। ਬਾਈ ਜੀ ਫਿਰਚਾ ਘੁੰਮ ਰਿਹਾ। ਕੋਈ ਨਹੀਂ ਕੋਈ ਨਹੀਂ, ਸੱਟੋ ਜਾਓਗੇ। ਨਾਲੇ ਇੱਕ ਕੰਮ ਕਰ ਦਿਓ ਜਾਂਦੇ ਆਪਣਾ। ਹਾਂਜੀ ਕਰੋ ਬਾਈ ਜੀ, ਦੱਸੋ ਤੁਸੀਂ। ਆਹ ਬੈਗ ਭਰਾ ਦਿਓ ਆਪਣਾ, ਜਾਂ ਕੋਈ ਕਰਮੇ ਬੈਗ ਦੇ ਦਿੱਤੇ। ਕੋਈ ਨਹੀਂ ਬਾਈ ਜੀ, ਜੋ ਹੁਕਮ ਚੱਲਦਾ ਜਾ ਦਿਓ ਮੁੰਡਿਓ। ਠੀਕ ਆ ਬਾਈ ਜੀ, ਹਾਂਜੀ ਹਾਂਜੀ ਬਾਈ ਜੀ। ਓਕੇ, ਚੰਗਾ ਬਾਈ ਜੀ, ਸਤਿ ਸ਼੍ਰੀ ਅਕਾਲ ਮੁੰਡਿਓ। ਗੋਪੀ ਬਾਈ ਦਾ ਕੰਮ ਕਰਕੇ ਜੀ, ਬਾਈ ਜੀ ਦਾ ਬੈਗ ਫੜਾਈਏ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਮੁੰਡਿਓ, ਕੀ ਹਾਲ ਹੈ? ਠੀਕ ਠਾਕ ਜੀ, ਵਧੀਆ ਜੀ। ਕੰਮ ਆ ਕਰਮੇ ਬਾਈ ਜੀ ਨੇ ਭੇਜਿਆ ਸੀ ਬੈਗ। ਅੱਛਾ ਅੱਛਾ, ਬੈਠੋ ਬੈਠੋ ਮੁੰਡੇ, ਬਹਿ ਜਾਓ। ਅੱਛਾ ਅੱਛਾ, ਪੇਮੈਂਟ ਹੈ? ਓਕੇ ਓਕੇ।
ਮਣੀ ਹਾਂਜੀ ਬਾਈ ਜੀ ਆਲਾ ਬੈਗ ਲੈ ਜਾ ਤੇ ਕਰਮੇ ਬਾਈ ਦਾ ਸਮਾਨ ਤਿਆਰ ਕਰ ਦੇ ਠੀਕ ਹੈ ਹੋਰ ਵੀ ਮੁੰਡਿਓ ਉਦਣ ਫਿਰ ਕਿਵੇਂ ਰਿਹਾ ਬਾਈ ਜੀ ਵਧੀਆ ਜੀ ਵਧੀਆ ਵਧੀਆ ਰਿਹਾ ਵਧੀਆ ਚੀਜ਼ ਸੀ ਜੀ ਬਸ ਫਿਰ ਬਾਈ ਨੇ ਤੁਹਾਡੇ ਵਾਸਤੇ ਕੋਈ ਹੋਰ ਨਵੀਂ ਚੀਜ਼ ਲਿਆਂਦੀ ਹੈ ਬਹੁਤ ਵਧੀਆ ਚੀਜ਼ ਹੈ ਆ ਕੀ ਆ ਬਾਈ ਜੀ ਇਹ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਣ ਦਿੰਦੀ ਮਿੱਤਰੋ ਬਾਈ ਕੋਈ ਨਸ਼ੇ ਨੁਸ਼ੇ ਵਾਲੀ ਚੀਜ਼ ਉਹ ਨਸ਼ੇ ਵਾਲੀ ਚੀਜ਼ ਨਹੀਂ ਇਹ ਤਾਂ ਸਿੰਪਲ ਚੀਜ਼ ਹੈ ਹੱਥ ਦੇ ਪਾ ਕੇ ਥੋੜ੍ਹੀ ਜੀ ਬਸ ਖਿੱਚਣਾ ਇਹਨੂੰ ਹੋਰ ਕੋਈ ਚੱਕਰ ਨਹੀਂ ਲਾ ਕੇ ਵੇਖੋ ਤੁਸੀਂ ਕਾਇਮ ਹੋ ਜਾਓਗੇ ਲਾ ਕੇਰਾ ਕਰ ਹੱਥ ਪੂਰਾ ਲਵਲੀ ਤੁਸੀਂ ਹੋ ਜਾ ਨਾਲੇ ਜਾਂਦੇ ਕੀ ਕੰਮ ਕਰ ਦਿਓ ਕਰਮੇ ਬਾਈ ਦਾ ਬੈਗ ਬਣਾਉਣਾ ਕੋਈ ਚੱਕਰ ਹੀ ਨਹੀਂ ਬੈਗ ਲਿਆ ਓਏ ਆ ਗਿਆ ਬਾਈ ਜੀ ਆ ਲਓ ਮੁੰਡਿਓ ਬੈਗ ਪਜਾ ਦਿਓ ਆਉਂਦੇ ਰਹੋ ਧਿਆਨ ਨਾਲ ਜਾਇਓ ਧਿਆਨ ਨਾਲ ਨਿਆਰੇ ਰਹੋ ਨਿਆਰੇ ਬਾਈ ਜੀ ਇਹ ਤਾਂ ਨੀ ਬਚਦੇ ਹੁਣ ਮਣੀ ਲੋਕੀ ਐਵੇਂ ਨੀ ਕਹਿੰਦੇ ਜਿੱਤੇ ਟਿਕ ਜੇ ਪ੍ਰਧਾਨ ਦੀ ਅੱਖ ਉਹਦੇ ਪੱਲੇ ਨੀ ਛੱਡਦਾ ਕੱਖ ਬਾਈ ਜਿੱਦਣ ਦਾ ਸਮਾਨ ਲਈਏ ਉਦਣ ਦਾ ਕੰਮ ਸੈੱਟ ਆ ਯਾਰ ਜਿੱਦਣ ਨਹੀਂ ਲੱਗਦਾ ਬਾਈ ਤੋੜ ਲੱਗਦੀ ਹੈ ਮੈਨੂੰ ਤਾਂ ਲੱਗਦਾ ਬਾਈ ਉਹਨਾਂ ਨੇ ਆਪਾਂ ਨੂੰ ਨਸ਼ੇ 'ਤੇ ਲਾ ਤਾ ਯਾਰ ਓ ਕੋਈ ਨਹੀਂ ਗੋਪੀ ਜਿੰਨਾ ਕੁ ਹੈਗਾ ਲਾੜਾ ਕੱਲ੍ਹ ਦੀ ਕੱਲ੍ਹ ਸੋਚਾਂਗੇ ਟੈਨਸ਼ਨ ਨਹੀਂ ਲਈਦੀ ਟੈਨਸ਼ਨ ਲਈਦੀ ਕੋਈ ਨਹੀਂ ਮਰਨ ਕੰਡੇ ਪਿਆ ਉਹ ਤਾਂ ਅੱਜ ਵੀ ਹੈ ਨੀ ਤੇ ਕੱਲ ਵੀ ਨੀ ਬਾਈ ਦੇਖ ਵੀ ਕਾਕਾ ਸਮਾਨ ਤਾਂ ਤੈਨੂੰ ਮਿਲ ਜੂਗਾ ਪਰ ਤੁਸੀਂ ਲੱਗ ਗਏ ਗਲਤ ਕੰਮ ਕਰਨ ਤੁਸੀਂ ਆਪ ਨਸ਼ਾ ਕਰਦੇ ਹੋ ਬਹੁਤ ਤੁਸੀਂ ਇਹ ਸਾਡੇ ਕੰਮ ਦੇ ਨੀ ਬੰਦੇ ਹੁਣ ਜੇ ਸਮਾਨ ਲੈਣਾ ਤਾਂ ਤੈਨੂੰ ਸਾਡਾ ਇੱਕ ਕੰਮ ਕਰਨਾ ਪਊਗਾ ਬਾਈ ਤੁਸੀਂ ਹੁਕਮ ਤਾਂ ਕਰੋ ਬਾਈ ਕੀ ਕੰਮ ਹੈ ਬਸ ਮੈਨੂੰ ਸਮਾਨ ਚਾਹੀਦਾ ਬਾਈ ਜੀ ਹੈਰੀ ਓਏ ਹਾਂਜੀ ਬਾਈ ਜਿਹੜੇ ਤੈਨੂੰ ਮੈਂ ਕਾਗਜ਼ ਕਿਵੇਂ ਲੈ ਕੇ ਲਿਆਉਣਾ ਬਾਈ ਆ ਲਓ ਬਾਈ ਜਿਹੜੇ ਕਾਗਜ਼ ਮੰਗਾਏ ਸੀ ਉਹ ਲਓ ਆ ਲੈ ਵੀ ਕਾਕਾ ਇੱਥੇ ਆਪਣੇ ਬਾਪੂ ਦੇ ਸਿਆਣ ਕਰਾ ਲਿਆ ਆ ਕੀ ਹੈ ਬਾਈ ਜੀ ਜੇ ਕਾਕਾ ਸਮਾਨ ਲੈਣਾ ਨਾ ਤਾਂ ਸਾਈਨ ਕਰਾ ਲਿਆ ਨਹੀਂ ਤਾਂ ਜਾ ਸਕਦਾ ਨਹੀਂ ਨਹੀਂ ਬਾਈ ਜੀ ਮੈਨੂੰ ਤਾਂ ਸਮਾਨ ਚਾਹੀਦਾ ਮੈਂ ਕਰਾ ਲਿਆਉਂਦਾ ਬਾਈ ਜੀ ਦੱਸ
ਬਾਪੂ ਕੀ ਹੋਇਆ ਪੁੱਤਰ ਕੀ ਹੋਇਆ ਆਪਣਾ ਲਵਲੀ ਕੀ ਹੋਇਆ ਪੁੱਤ ਲਵਲੀ ਨੂੰ ਕੀ ਹੋਇਆ ਚੰਡ ਗਿਆ ਪੜੂ ਬਾਪੂ ਪਿੰਡ ਲੁੱਟ ਕੇ ਆਏ ਪਹਾੜ ਟੁੱਟ ਕੇ ਆਏ ਕੜਾ ਫੁੱਟ ਕੇ ਆਏ ਕਿਵੇਂ ਆ ਬਾਈ ਵਧੀਆ ਬਾਈ ਜੀ ਤੁਸੀਂ ਸੁਣਾਓ ਕਿਵੇਂ ਆਉਣਾ ਹੋਇਆ ਬਸ ਆਉਣਾ ਕਾਹਦਾ ਹੋਇਆ ਬਸ ਇੱਕ ਸੁਨੇਹਾ ਜਿਹਾ ਲਾਉਣਾ ਸੀ ਤੈਨੂੰ ਹਾਂਜੀ ਦੱਸੋ ਬਾਈ ਜੀ ਆਹੀ ਕਿ ਬਾਈ ਆਪਣੀ ਆ ਜੀਰੀ ਵੱਢ ਲਓ ਅੱਗੋਂ ਅਸੀਂ ਫਿਰ ਕਣਕ ਬੀਜਣੀ ਆ ਆਪਣੀ ਕਿਉਂ ਬਾਈ ਜੀ ਮੇਰੀ ਜ਼ਮੀਨ ਆ ਜਦੋਂ ਮਰਜ਼ੀ ਵੱਢਾਂ ਮੈਂ ਬਾਈ ਜੀ ਤੁਹਾਡੀ ਜ਼ਮੀਨ ਹੈ ਨਹੀਂ ਤੁਹਾਡੀ ਜ਼ਮੀਨ ਸੀ ਕਿਉਂ ਹੁਣ ਇਹ ਜ਼ਮੀਨ ਤੇ ਹੱਕ ਹੈ ਸਾਡਾ ਉਹ ਕਿਵੇਂ ਪ੍ਰਧਾਨ ਸਮਝਾਓ ਯਾਰ ਆ ਦੇਖ ਗੂਠਾ ਤੇਰੇ ਹੀ ਹੈ ਨਾ ਗੂਠਾ ਤਾਂ ਮੇਰੇ ਹੀ ਹੈ ਪਰ ਇਹ ਮੈਂ ਲਾਇਆ ਹੀ ਨਹੀਂ ਇਹ ਆਪਣੇ ਮੁੰਡੇ ਨੂੰ ਜਾ ਕੇ ਪੁੱਛ ਇਹ ਜ਼ਮੀਨ ਹੁਣ ਸਾਡੀ ਹੈ ਤੇਰਾ ਇਹ ਜ਼ਮੀਨ ਤੇ ਕੋਈ ਹੱਕ ਨਹੀਂ ਹੈਗਾ ਜਿੰਨਾ ਚਿਰ ਮੈਂ ਜਿਉਣਾ ਮੈਂ ਜ਼ਮੀਨ ਨਹੀਂ ਵਾਹੁਣ ਦਿੰਦਾ ਚੰਗਾ ਪਹਿਲਾ ਮੁੰਡਾ ਚੌਵੀਆਂ ਦਾ ਹੋਲਿਆ ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋਲਿਆ ਹੋ ਚੰਗਾ ਪਹਿਲਾ ਮੁੰਡਾ ਚੌਵੀਆਂ ਦਾ ਹੋਲਿਆ ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋਲਿਆ ਮਰਦੇ ਦੇ ਮੂੰਹ ਦੇ ਵਿੱਚੋਂ ਝੱਗ ਨਿਕਲੀ ਮਰਦੇ ਦੇ ਮੂੰਹ ਦੇ ਵਿੱਚੋਂ ਝੱਗ ਨਿਕਲੀ ਬਾਪੂ ਵੇਖੇ ਵਿੰਨੀਆਂ ਬਾਹਾਂ ਲਹੂ ਨਿਕਲਿਆ
ਬਾਹਾਂ ਨੂੰ ਨੱਪ ਕੇ ਲਹੂ ਨਿਕਲਿਆ ਕਿਡਰ।